ਅਦਾਲਤ ਦੇ ਵਿੱਚ ਇਹ ਜੋ ਟੋਟਲ ਅਸੀਂ ਹੁਣ ਤੱਕ ਚਾਰ ਜੋ ਅਕਿਊਜ਼ਡ ਹੈ ਉਹਨਾਂ ਦੀ ਅਰੈਸਟ ਪਾ ਚੁੱਕੇ ਹੋਏ ਹਾਂ, ਜਿਹਦੇ ਵਿੱਚ ਕਿ ਇਹਨਾਂ ਚਾਰਾਂ ਵਿੱਚੋਂ ਜਿਹੜੇ ਦੋ ਅਕਿਊਜ਼ਡ ਸੀਗੇ ਉਹਨਾਂ ਵੱਲੋਂ ਜਨਮ ਅਸ਼ਟਮੀ ਵਾਲੇ ਦਿਨ ਕਿਤੇ ਇੱਕ ਲੜਕੇ ਦੀ ਮੋਬਾਈਲ ਦੀ ਖੋਹ ਕੀਤੀ ਗਈ ਸੀ, ਜਿਸ ਵਿੱਚ ਅਸੀਂ ਇਨਵੈਸਟੀਗੇਸ਼ਨ ਕੀਤੀ ਔਰ ਉਹਨਾਂ ਨੂੰ ਟਰੇਸ ਕੀਤਾ ਗਿਆ ਔਰ ਉਹਨਾਂ ਨੂੰ ਅਰੈਸਟ ਕਰਕੇ ਪੇਸ਼ ਅਦਾਲਤ ਕੀਤਾ ਜਾ ਚੁੱਕਾ। ਬਾਰਿਸ਼ਾਂ ਤੇ ਹੜ੍ਹ ਪਾਣੀ ਨਾਲ ਡੇਂਗੂ ਦੇ ਫੈਲਾਅ ਨੂੰ ਰੋਕਣ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਸ਼ੇਸ਼ ਮੁਹਿੰਮ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਦੀ ਸ਼ੁਰੂਆਤ ਕੀਤੀ ਗਈ। ਇਸ ਸੰਬੰਧੀ ਪੰਜਾਬ ਸਰਕਾਰ ਨੇ ਵਿਆਪਕ ਪੱਧਰ ਉੱਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਤੇ ਮਲੇਰੀਆ ਦੇ ਮੁਫਤ ਟੈਸਟ ਅਤੇ ਮੁਫਤ ਇਲਾਜ ਦੀ ਸਹੂਲਤ ਦਿੱਤੀ ਗਈ ਹੈ। ਲਾਰਵਾ ਦੀ ਚੈਕਿੰਗ ਕਰਨ ਲਈ ਮੁਲਾਜ਼ਮਾਂ ਦੀ ਤੈਨਾਤੀ ਕਰਨ ਦੇ ਨਾਲ ਨਾਲ ਸ਼ਹਿਰ ਅਤੇ ਪਿੰਡਾਂ ਵਿੱਚ ਦਵਾਈ ਦੇ ਛਿੜਕਾਅ ਲਈ ਢੁਕਵੇਂ ਪ੍ਰਬੰਧਾਂ ਨੂੰ ਵੀ ਯਕੀਨੀ ਬਣਾਇਆ ਗਿਆ ਹੈ। ਹਰ ਸ਼ੁੱਕਰਵਾਰ ਡੇਂਗੂ ਤੇ ਵਾਰ। ਇਸ ਤੋਂ ਇਲਾਵਾ ਜਿਹੜੇ ਦੋ ਦੋਸ਼ੀ ਦੂਸਰੇ ਆ ਉਹਦੇ ਵਿੱਚ ਇਹ ਹੈ ਕਿ ਜਿਹੜੇ ਇਹ ਅਕਿਊਜ਼ਡ ਸੀ ਟੋਟਲ ਤਿੰਨ, ਇਹ ਤਿੰਨ ਜਿਹੜੇ ਸੀਗੇ ਅਕਿਊਜ਼ਡ ਇਹਨਾਂ ਨੇ ਇੱਕ ਮੋਟਰਸਾਈਕਲ ਦੇ ਉੱਤੇ ਕਿਰਚ ਦਿਖਾ ਕੇ ਕਿਸੇ ਵਿਅਕਤੀ ਤੋਂ ਇੱਕ ਮੋਬਾਈਲ ਦੀ ਖੋਹ ਕੀਤੀ ਸੀਗੀ ਔਰ ਉਹਦਾ ਰਸਤਾ ਰੋਕ ਕੇ ਉਹਨਾਂ ਨੇ ਇਸ ਤਰ੍ਹਾਂ ਕਰਨ ਦੀ ਇਹ ਕੰਮ ਕੀਤਾ ਸੀਗਾ। ਉਹਦੇ ਤਹਿਤ ਅਸੀਂ ਦੋ ਅਕਿਊਜ਼ਡ ਜਿਹੜੇ ਆ ਉਹਨਾਂ ਨੂੰ ਅਸੀਂ ਹੁਣ ਤੱਕ ਅਰੈਸਟ ਕਰਕੇ ਪੇਸ਼ ਅਦਾਲਤ ਕਰ ਚੁੱਕੇ ਹਾਂ ਔਰ ਜਿਹੜਾ ਤੀਸਰਾ ਅਕਿਊਜ਼ਡ ਹੈ ਉਹਦੀ ਗ੍ਰਿਫਤਾਰੀ ਅਜੇ ਬਾਕੀ। ਹਾਂਜੀ, ਇਸ ਦੇ ਬਾਰੇ ਵਿੱਚ ਜੋ ਇਨਵੈਸਟੀਗੇਸ਼ਨ ਉਹ ਕੀਤੀ ਜਾ ਰਹੀ ਹੈ ਔਰ ਜਿਵੇਂ ਹੀ ਇਹਦੇ ਰਿਗਾਰਡਿੰਗ ਜੋ ਵੀ ਇਹਨਾਂ ਦੇ ਕ੍ਰਿਮੀਨਲ ਰਿਕਾਰਡ ਜੋ ਹੈ ਉਹਨੂੰ ਅੱਛੀ ਤਰ੍ਹਾਂ ਨਾਲ ਦੇਖ ਕੇ ਡੀਪਲੀ ਉਹਨੂੰ ਦੇਖਿਆ ਜਾਏਗਾ ਔਰ ਉਹ ਵੀ ਤੁਹਾਡੇ ਨਾਲ ਜਲਦੀ ਸਾਂਝਾ ਕੀਤਾ ਜਾਏਗਾ। ਹਾਲ ਦੀ ਘੜੀ ਅਸੀਂ ਇਹਨਾਂ ਦਾ ਮੈਡੀਕਲ ਵਗੈਰਾ ਕਰਵਾਇਆ ਹੈ, ਇਹਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆਈ। ਇਹਨਾਂ ਦਾ ਇਹ ਲੁੱਟਾਂ ਖੋਹਾਂ ਕਰਨ ਦਾ ਇਹਨਾਂ ਦਾ ਇਰਾਦਾ ਜੋ ਹੈ ਇਹ ਲੋਕਾਂ ਦੇ ਵਿੱਚ ਦਹਿਸ਼ਤ ਫੈਲਾਉਂਦੇ ਸੀਗੇ, ਦਹਿਸ਼ਤ ਫੈਲਾਉਂਦੇ ਸੀ ਜਿਸ ਤਹਿਤ ਇਹਨਾਂ ਦਾ ਇਹ ਸਾਰੀਆਂ ਲੁੱਟਾਂ ਖੋਹ ਕਰਦੇ ਸੀ ਔਰ ਇਹਨਾਂ ਦੀ ਦਹਿਸ਼ਤ ਨੂੰ ਹੀ ਦੇਖਦਿਆਂ ਹੋਇਆ ਜੋ ਪਬਲਿਕ ਸੀਗੀ ਕਾਫੀ ਡਰੀ ਵੀ ਹੋਈ ਸੀਗੀ ਔਰ ਜਿਸ ਦਿਨ ਇਹਨਾਂ ਨੂੰ ਇਹ ਅਰੈਸਟ ਕੀਤਾ ਜਾ ਚੁੱਕਾ ਹੈ ਅਤੇ ਕਾਫੀ ਸ਼ਾਂਤੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਸਾਨੂੰ। ਜੀ ਬਿਲਕੁਲ, ਇਹਨਾਂ ਕੋਲੋਂ ਦੋ ਵੱਖਰੇ ਵੱਖਰੇ ਕੇਸ ਹੈ ਜਿਸ ਵਿੱਚ ਦੋਨਾਂ ਵਿੱਚ ਇੱਕ ਇੱਕ ਮੋਟਰਸਾਈਕਲ ਔਰ ਇੱਕ ਕੇਸ ਦੇ ਵਿੱਚ ਉਹ ਜੋ ਕਿਰਚ ਹੈ ਉਹ ਬਰਾਮਦ ਕੀਤੀ ਗਈ ਹੈ। ਹਾਂਜੀ, ਅਸੀਂ ਲੋਕਾਂ ਨੂੰ ਇਹੀ ਅਪੀਲ ਕਰਦੇ ਹਾਂ, ਆਪਣੇ ਨਗਰ ਨਿਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਜਦੋਂ ਵੀ ਤੁਹਾਨੂੰ ਕੋਈ ਵੀ ਅਣਜਾਣ ਵਿਅਕਤੀ ਬਾਰੇ ਜਾਂ ਕਿਸੇ ਵੀ ਸ਼ੱਕੀ ਵਿਅਕਤੀ ਬਾਰੇ ਅਗਰ ਤੁਹਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਤਾਂ ਤੁਰੰਤ ਸਾਡੇ ਨਾਲ ਸਾਂਝੀ ਕੀਤੀ ਜਾਏ ਤਾਂ ਜੋ ਅਸੀਂ ਇਹਨਾਂ ਨੂੰ ਜਲਦ ਤੋਂ ਜਲਦ ਇਹਨਾਂ ਦੀ ਵੈਰੀਫਿਕੇਸ਼ਨ ਕਰਕੇ ਇਹਨਾਂ 'ਤੇ ਕਾਰਵਾਈ ਕਰ ਸਕੀਏ। ਧਾਰੀਵਾਲ ਦੇ ਵਿੱਚ ਇਹ ਜੋ ਟੋਟਲ ਅਸੀਂ ਹੁਣ ਤੱਕ ਚਾਰ ਜੋ ਅਕਿਊਜ਼ਡ ਹੈ ਉਹਨਾਂ ਦੀ ਅਰੈਸਟ ਪਾ ਚੁੱਕੇ ਹੋਏ ਹਾਂ, ਜਿਹਦੇ ਵਿੱਚ ਕਿ ਇਹਨਾਂ ਚਾਰਾਂ ਵਿੱਚੋਂ ਜਿਹੜੇ ਦੋ ਅਕਿਊਜ਼ਡ ਸੀਗੇ ਉਹਨਾਂ ਵੱਲੋਂ ਜਨਮ ਅਸ਼ਟਮੀ ਵਾਲੇ ਦਿਨ ਕਿਤੇ ਇੱਕ ਲੜਕੇ ਦੀ ਮੋਬਾਈਲ ਦੀ ਖੋਹ ਕੀਤੀ ਗਈ ਸੀ, ਜਿਸ ਵਿੱਚ ਅਸੀਂ ਇਨਵੈਸਟੀਗੇਸ਼ਨ ਕੀਤੀ ਔਰ ਉਹਨਾਂ ਨੂੰ ਟਰੇਸ ਕੀਤਾ ਗਿਆ ਔਰ ਉਹਨਾਂ ਨੂੰ ਅਰੈਸਟ ਕਰਕੇ ਪੇਸ਼ ਅਦਾਲਤ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਜਿਹੜੇ ਦੋ ਦੋਸ਼ੀ ਦੂਸਰੇ ਆ ਉਹਦੇ ਵਿੱਚ ਇਹ ਹੈ ਕਿ ਜਿਹੜੇ ਇਹ ਅਕਿਊਜ਼ਡ ਸੀ ਟੋਟਲ ਤਿੰਨ, ਇਹ ਤਿੰਨ ਜਿਹੜੇ ਸੀਗੇ ਅਕਿਊਜ਼ਡ ਇਹਨਾਂ ਨੇ ਇੱਕ ਮੋਟਰਸਾਈਕਲ ਦੇ ਉੱਤੇ ਕਿਰਚ ਦਿਖਾ ਕੇ ਕਿਸੇ ਵਿਅਕਤੀ ਤੋਂ ਇੱਕ ਮੋਬਾਈਲ ਦੀ ਖੋਹ ਕੀਤੀ ਸੀਗੀ ਔਰ ਉਹਦਾ ਰਸਤਾ ਰੋਕ ਕੇ ਉਹਨਾਂ ਨੇ ਇਸ ਤਰ੍ਹਾਂ ਕਰਨ ਦੀ ਇਹ ਕੰਮ ਕੀਤਾ ਸੀਗਾ। ਉਹਦੇ ਤਹਿਤ ਅਸੀਂ ਦੋ ਅਕਿਊਜ਼ਡ ਜਿਹੜੇ ਆ ਉਹਨਾਂ ਨੂੰ ਅਸੀਂ ਹੁਣ ਤੱਕ ਅਰੈਸਟ ਕਰਕੇ ਪੇਸ਼ ਅਦਾਲਤ ਕਰ ਚੁੱਕੇ ਹਾਂ ਔਰ ਜਿਹੜਾ ਤੀਸਰਾ ਅਕਿਊਜ਼ਡ ਹੈ ਉਹਦੀ ਗ੍ਰਿਫਤਾਰੀ ਅਜੇ ਬਾਕੀ। ਹਾਂਜੀ, ਇਸ ਦੇ ਬਾਰੇ ਵਿੱਚ ਜੋ ਇਨਵੈਸਟੀਗੇਸ਼ਨ ਉਹ ਕੀਤੀ ਜਾ ਰਹੀ ਹੈ ਔਰ ਜਿਵੇਂ ਹੀ ਇਹਦੇ ਰਿਗਾਰਡਿੰਗ ਜੋ ਵੀ ਇਹਨਾਂ ਦੇ ਕ੍ਰਿਮੀਨਲ ਰਿਕਾਰਡ ਜੋ ਹੈ ਉਹਨੂੰ ਅੱਛੀ ਤਰ੍ਹਾਂ ਨਾਲ ਦੇਖ ਕੇ ਡੀਪਲੀ ਉਹਨੂੰ ਦੇਖਿਆ ਜਾਏਗਾ ਔਰ ਉਹ ਵੀ ਤੁਹਾਡੇ ਨਾਲ ਜਲਦੀ ਸਾਂਝਾ ਕੀਤਾ ਜਾਏਗਾ। ਹਾਲ ਦੀ ਘੜੀ ਅਸੀਂ ਇਹਨਾਂ ਦਾ ਮੈਡੀਕਲ ਵਗੈਰਾ ਕਰਵਾਇਆ ਹੈ, ਇਹਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆਈ। ਇਹਨਾਂ ਦਾ ਇਹ ਲੁੱਟਾਂ ਖੋਹਾਂ ਕਰਨ ਦਾ ਇਹਨਾਂ ਦਾ ਇਰਾਦਾ ਜੋ ਹੈ ਇਹ ਲੋਕਾਂ ਦੇ ਵਿੱਚ ਦਹਿਸ਼ਤ ਫੈਲਾਉਂਦੇ ਸੀਗੇ, ਦਹਿਸ਼ਤ ਫੈਲਾਉਂਦੇ ਸੀ ਜਿਸ ਤਹਿਤ ਇਹਨਾਂ ਦਾ ਇਹ ਸਾਰੀਆਂ ਲੁੱਟਾਂ ਖੋਹ ਕਰਦੇ ਸੀ ਔਰ ਇਹਨਾਂ ਦੀ ਦਹਿਸ਼ਤ ਨੂੰ ਹੀ ਦੇਖਦਿਆਂ ਹੋਇਆ ਜੋ ਪਬਲਿਕ ਸੀਗੀ ਕਾਫੀ ਡਰੀ ਵੀ ਹੋਈ ਸੀਗੀ ਔਰ ਜਿਸ ਦਿਨ ਇਹਨਾਂ ਨੂੰ ਇਹ ਅਰੈਸਟ ਕੀਤਾ ਜਾ ਚੁੱਕਾ ਹੈ ਅਤੇ ਕਾਫੀ ਸ਼ਾਂਤੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਸਾਨੂੰ। ਜੀ ਬਿਲਕੁਲ, ਇਹਨਾਂ ਕੋਲੋਂ ਦੋ ਵੱਖਰੇ ਵੱਖਰੇ ਕੇਸ ਹੈ ਜਿਸ ਵਿੱਚ ਦੋਨਾਂ ਵਿੱਚ ਇੱਕ ਇੱਕ ਮੋਟਰਸਾਈਕਲ ਔਰ ਇੱਕ ਕੇਸ ਦੇ ਵਿੱਚ ਉਹ ਜੋ ਕਿਰਚ ਹੈ ਉਹ ਬਰਾਮਦ ਕੀਤੀ ਗਈ ਹੈ। ਹਾਂਜੀ, ਅਸੀਂ ਲੋਕਾਂ ਨੂੰ ਇਹੀ ਅਪੀਲ ਕਰਦੇ ਹਾਂ, ਆਪਣੇ ਨਗਰ ਨਿਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਜਦੋਂ ਵੀ ਤੁਹਾਨੂੰ ਕੋਈ ਵੀ ਅਣਜਾਣ ਵਿਅਕਤੀ ਬਾਰੇ ਜਾਂ ਕਿਸੇ ਵੀ ਸ਼ੱਕੀ ਵਿਅਕਤੀ ਬਾਰੇ ਅਗਰ ਤੁਹਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਤਾਂ ਤੁਰੰਤ ਸਾਡੇ ਨਾਲ ਸਾਂਝੀ ਕੀਤੀ ਜਾਏ ਤਾਂ ਜੋ ਅਸੀਂ ਇਹਨਾਂ ਨੂੰ ਜਲਦ ਤੋਂ ਜਲਦ ਇਹਨਾਂ ਦੀ ਵੈਰੀਫਿਕੇਸ਼ਨ ਕਰਕੇ ਇਹਨਾਂ 'ਤੇ ਕਾਰਵਾਈ ਕਰ ਸਕੀਏ।